ਜਿੱਥੇ ਰੋਪੜ ਮਨਾਲੀ ਹਾਈਵੇ ਜਾਮ ਹੋ ਗਿਆ, ਬੰਦ ਹੋ ਗਿਆ। ਇਹ ਬਾਰਿਸ਼ ਦੇ ਚਲਦਿਆਂ ਲਗਾਤਾਰ ਬਾਰਿਸ਼ ਦਾ ਕਹਿਰ ਵੇਖਣ ਨੂੰ ਮਿਲ ਰਿਹਾ। ਤੋ ਮੀਂਹ ਦੇ ਚਲਦਿਆਂ ਚੰਡੀਗੜ੍ਹ ਮਨਾਲੀ ਹਾਈਵੇ ਜਾਮ ਹੋਇਆ। ਕੀਰਤਪੁਰ ਸਾਹਿਬ ਦੇ ਵਿੱਚ ਪੁਲ ਤੇ ਮਲਬਾ ਆਉਣ ਦੇ ਚਲਦਿਆਂ ਰਸਤਾ ਰੁਕ ਗਿਆ। ਰਾਹਗੀਰਾਂ ਨੂੰ ਯਕੀਨਨ ਹੀ ਇਸ ਦੇ ਚਲਦਿਆਂ ਮੀਂਹ ਦੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਏਗਾ। ਫਿਲਹਾਲ ਘੰਟਿਆਂ ਤੋਂ ਲੋਕ ਇਸ ਜਾਮ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ। ਪ੍ਰਸ਼ਾਸਨ ਵੱਲੋਂ ਪੁਖਤਾ ਬੰਦੋਬਸਤ ਨਾ ਹੋਣ ਦੇ ਚਲਦਿਆਂ ਇਹਨਾਂ ਹਾਲਾਤਾਂ ਦਾ ਸਾਹਮਣਾ ਆਮ ਲੋਕਾਂ ਨੂੰ ਕਰਨਾ ਪੈ ਰਿਹਾ। ਚੰਡੀਗੜ੍ਹ ਮਨਾਲੀ ਹਾਈਵੇ ਬੰਦ ਹੋਇਆ। ਕੀਰਤਪੁਰ ਸਾਹਿਬ ਦੇ ਵਿੱਚ ਪੁਲ ਤੇ ਮਲਬਾ ਆਉਣ ਦੇ ਚਲਦਿਆਂ ਰਸਤਾ ਬੰਦ ਹੋਇਆ, ਜਿਸਦੇ ਚਲਦਿਆਂ ਵੱਡਾ ਜਾਮ ਉੱਥੇ ਲੱਗਿਆ। 4:30 ਵਜੇ ਰਸਤਾ ਬੰਦ ਹੋਣ ਦੇ ਚਲਦਿਆਂ ਲੋਕ ਪਰੇਸ਼ਾਨ ਹੋਏ ਨੇ। ਫਿਲਹਾਲ ਘੰਟਿਆਂ ਤੋਂ ਲੋਕ ਇਸ ਜਾਮ ਦੇ ਵਿੱਚ ਫਸੇ ਹੋਏ ਨੇ।